ਸਸੀਕਾਲ ਜੀ ਵੀਰੋ, ਅੱਜ ਜਿਹੜਾ ਕਾਂਗਰਸ ਵਾਲਿਆਂ ਨੇ ਧਰਨਾ ਦਿੱਤਾ ਨਾ ਭਗਵੰਤ ਮਾਨ ਦੇ ਘਰੇ, ਬਈ ਦੇਖ ਕੇ ਸਵਾਦ ਆ ਗਿਆ। ਇੰਨਾ ਸਵਾਦ ਆਇਆ, ਇੰਨਾ ਖੁਸ਼ ਹੋਇਆ, ਮੈਂ ਅੱਧਾ ਘੰਟਾ ਬੈਠਾ। ਮੈਂ ਉਹਨਾਂ ਦੀ ਵੀਡੀਓ ਦੇਖੀ ਆ, ਕਦੇ ਉਹਨਾਂ ਦੀਆਂ ਫੋਟੋਆਂ ਦੇਖਣ ਲੱਗ ਜਾ, ਕਦੇ ਉਹਨਾਂ ਦੀਆਂ ਵੀਡੀਓ ਦੇਖਣ ਲੱਗ ਜਾ। ਇਹਨਾਂ ਨੇ ਸੋਚਿਆ ਵੀ ਨਹੀਂ ਸੀ ਕਦੇ ਵੀ ਸਾਡੇ ਤੇ ਆਹ ਦਿਨ ਆਉਣਗੇ, ਸਾਨੂੰ ਇੱਕਣ ਧਰਨੇ ਦੇਣੇ ਪੈਣਗੇ ਜਾ ਕੇ, ਕਿਉਂਕਿ ਕਿਹਦਾ ਰਲੇ ਮਿਲੇ ਸੀਗੇ ਅਕਾਲੀ ਕਾਂਗਰਸੀ। ਜਦੋਂ ਸਰਕਾਰ ਆ ਜਾਂਦੀ 75-25 ਵਾਲਾ ਕੰਮ ਹੋ ਜਾਂਦਾ ਸੀਗਾ, ਵੀ ਉਹਨਾਂ ਦੇ 75 ਤੁਹਾਡੇ 25। ਜਦੋਂ ਅਕਾਲੀਆਂ ਦੀ ਸਰਕਾਰ ਆ ਜਾਂਦੀ, ਅਕਾਲੀਆਂ ਦੀ 75 ਉਹਨਾਂ ਦੇ 25, 72-25 ਚੱਲਦਾ ਸੀਗਾ। ਹੁਣ ਸਭ ਕੁਛ ਬੰਦ ਹੋ ਗਿਆ। ਸਾਧੂ ਸਿੰਘ ਧਰਮਸਰ ਠੋਕਤਾ, ਗਿੱਲ ਜੀਆ ਠੋਕਤਾ, ਉਹ ਫਰਾਰ ਚੱਲ ਰਿਹਾ ਵਾ, ਤੇ ਡਰ ਇਹਨਾਂ ਨੂੰ ਆਪਦਾ ਵੀ ਪਿਆ ਹੋਇਆ ਵਾ ਸਾਰਿਆਂ ਨੂੰ, ਵਿੱਚੇ ਰਾਜਾ ਵੜਿੰਗ, ਵਿੱਚੇ ਸਾਰੇ ਇੱਕੋ ਚੱਕੀ ਦੇ ਹੈਗੇ ਇਹ। ਸਾਰਿਆਂ ਨੂੰ ਡਰ ਪਿਆ ਵੀ ਨੰਬਰ ਸਾਡਾ ਵੀ ਲੱਗਣਾ ਵਾ, ਜੇ ਵਿਰੋਧ ਵਿਰੋਧ ਕਰਕੇ ਕੋਈ ਹੱਲ ਹੁੰਦਾ ਤਾਂ ਕਰਾ ਲਈਏ, ਹੱਲ ਤੁਹਾਡਾ ਕੋਈ ਨਹੀਂ ਹੋਣਾ, ਸਭ ਨੂੰ ਜੇਲ੍ਹ ਜਾਣਾ ਪੈਣਾ। ਤੇ ਔਰ ਜਿਹੜੇ ਤੁਸੀਂ ਲੁੱਟਿਆ ਨਾ ਪੰਜਾਬ ਨੂੰ, ਜਿਹੜਾ ਵੀ ਲੁੱਟਿਆ ਤੁਸੀਂ, ਉੱਥੋਂ ਤੋਂ ਕਢਾਉਣਾ ਹੋ, ਤਿਆਰੀ ਕਰ ਲਓ ਆਪਦੀ, ਹੁਣੇ ਮਿੰਨਤਾਂ ਮੁੰਨਤਾਂ ਕਰ ਲਓ ਜਾ ਕੇ ਭਗਵੰਤ ਮਾਨ ਦੀਆਂ, ਵੀ ਭਾਈ ਇੰਨੇ ਕੁ 100 ਕਰੋੜ ਦਾ ਅਸੀਂ ਘਬਲਾ ਕੀਤਾ ਸੀ, ਅਸੀਂ ਆਨੇ ਬਹਾਨੇ ਤੁਹਾਨੂੰ ਦੇ ਦਿੰਦੇ ਹਾਂ ਵਾਪਸ, ਸਰਕਾਰ ਨੂੰ ਦੇ ਦਿੰਦੇ ਹਾਂ ਵਾਪਸ, ਵੀ ਬਦਨਾਮੀ ਤੋਂ ਬਚ ਜਾਓਗੇ, ਵਧੀਆ ਰਹੋਗੇ। ਨਹੀਂ, ਹਜੇ 4.5 ਸਾਲ ਪਏ ਆ, 4.5 ਸਾਲ ਪਏ ਆ, ਨੰਬਰ ਤੁਹਾਡਾ ਸਭ ਦਾ ਆਉਣਾ, ਸਭ ਦਾ। ਇੱਕ ਗੱਲ ਯਾਦ ਰੱਖਿਓ ਮੇਰੀ, ਰਗੜੀ ਰੱਖ ਭਗਵੰਤ ਮਾਨਾ, ਤੇਰੇ ਨਾਲ ਆ ਬਸ, ਚੱਕ ਦੇ ਫੱਟੇ। ਧੰਨਵਾਦ।